ਛਾਂਜਾ ਗਾਲ ਗਏ ਹਾਸੇ ਫਿਲਾਂਜਾ ਖਿੰਨ ਗਿਆ ਹਵੇ ਫਿਲਾਂਜਾ ਗਾਲ ਗਏ ਹਾਸੇ ਚਿੱਟੇ ਸਿਰ ਵਿੱਚ ਨਾ ਹੁਣ ਸਾਕੋ ਮੁਲਾਕਾਤੇ ਦੇ ਕਾਂਢੇ ਦੇ ਚਿੱਟੇ ਸਿਰ ਵਿੱਚ ਨਾ ਹੁਣ ਸਾਕੋ ਮੁਲਾਕਾਤੇ ਦੇ ਕਾਂਢੇ ਦੇ ਤੇਰੇ ਦਰ ਤੇ ਅਸਾਂ ਆਪਣਿਆ ਜਵਾਂਜਾ ਗਾਲ ਗਏ ਹਾਸੇ ਫਿਲਾਂਜਾ ਖਿੰਨ ਗਿਆ ਹਵੇ ਫਿਲਾਂਜਾ ਗਾਲ ਗਏ ਹਾਸੇ ਜਾਂ ਫੱਗਣ ਬੁੱਕਦਾ ਪਏ ਔਰ ਅੱਜ ਬੱਕਰੀ ਹੈ ਫੱਗਣ ਦੀ ਤਕਰੀਬਨ ਚੇਤ ਲੱਗਣ ਵਾਲੇ ਮੁਕਸੀ ਫੱਗਣ ਦੇ ਚੇਤ ਦਾ ਲੱਗਣ ਔਰ ਅਸਾਂ ਚੇਤ ਵਿਸਾਖੇ ਚਿੱਤਰੇ ਹੋਏ ਅਸਾਂ ਸਾਂਵਲ ਸਿੰਗਰੇ ਸਿੱਧਰੇ ਹੋਏ ਅਸਾਂ ਆਪਣੀ ਅੱਖ ਤੋਂ ਨਿਤਰੇ ਹੋਏ ਤੇਰੇ ਪੇਰੇ ਪੋਵਣ ਆਏ ਹਾਸੇ ਅਸਾਂ ਆਪ ਕੋ ਧੋਵਣ ਆਏ ਹਾਸੇ ਇੱਕ ਵਾਰੀ ਪੇਰੇ ਪੋਵਣ ਦੇ ਸਾਨੂੰ ਸਾਂਵਲ ਰੱਜ ਕੇ ਰੋਵਣ ਦੇ ਤੇਰੇ ਸਾਂਵਲ ਪੇਰ ਨਾਲ ਫਿੱਟ ਪੋ ਸਨ ਸਾਡੇ ਕੁਝ ਅਰਮਾਨ ਤੋਂ ਮਿਟ ਪੋ ਸਨ ਇਹ ਚਸੂਲੇ ਰੰਗ ਕੋ ਅਗੂਨੀ ਟੋਰ ਬਖਸ਼ੇ ਦੇ ਹੋਏ ਵੱਲ ਇੱਕ ਵਾਰੀ ਗੁਲਜ਼ਾਰ ਖਾਂ ਮਹਿਮਾਨ ਫਨਕਾਰ ਕੋਲੋਂ ਇੱਕ ਕਲਾਮ ਸੁਣਦੇ ਹਨ ਉਹਦੇ ਬਾਅਦ ਵੀ ਇਹ ਫਨਕਾਰ ਮੌਜੂਦ ਹਨ ਕਿਉਂਕਿ ਅਸਾਂ ਬੰਦ ਕਰਨ ਰਾਜਨਪੁਰ ਵਾਲੇ ਪਾਸੇ ਅੱਜ ਸ਼ਾਮ ਦਾ ਪ੍ਰੋਗਰਾਮ ਹਨ ਡੂ ਔਰ ਦੋਸਤ ਵੀ ਨਾਲ ਹਨ ਅਤੇ ਕੋਸ਼ਿਸ਼ ਹੋ ਸੀ ਕਿ ਜਿਹੜੇ ਇੱਥਾਂ ਮਹਿਮਾਨ ਫਨਕਾਰ ਆਏ ਹਨ ਮੈਂ ਵੀ ਉਹਨਾਂ ਤਬਦੀਲੀ ਵਿੱਚ ਚਸਤ ਥੋੜ੍ਹੀ ਥੋੜ੍ਹੀ ਚਾਹ ਕੇ ਤਾਂ ਕਿ ਮਹਿਫਿਲ ਦੇ ਵਿੱਚ ਕਈ ਕਿਸਮ ਦਾ ਬੁੱਟ ਨਾ ਰਹਿ ਵਜੇ ਜਿੱਥੇ ਬੁੱਟ ਦੀ ਗੱਲ ਆਈ ਹੈ ਤੂੰ ਯਾਦ ਰੱਖੀ ਸੁੱਖ ਸਫ਼ਰ ਵਿੱਚ ਕੋਈ ਸ਼ਾਇਦ ਕੋਈ ਖੁੱਟ ਮੈਂ ਜਾਦਾ ਸਾਂ ਅਤੇ ਕਈ ਸਾਬਿਤ ਸ਼ਾਇਦ ਕੋ ਕਹੀਂ ਹੀਲੇ ਲੱਗਾ ਕਹੀਂ ਜਾ ਬੁੱਟ ਮੈਂ ਜਾਦਾ ਸਾਂ ਅਤੇ ਜਾਂ ਸ਼ਾਮ ਕੋ ਵਲਦੇ ਪੱਖੂਆਂ ਦਾ ਡਿੱਠੋ ਕਹੀਂ ਜਾ ਜੁੱਟ ਮੈਂ ਜਾਦਾ ਸਾਂ ਤੇਰੇ ਹੱਥ ਦਾ ਸ਼ਾਕਿਰ ਸ਼ੀਸ਼ਾ ਹਾਂ ਜਿੱਦਾਂ ਵੇਸਾਂ ਤੁਰਨ ਮੈਂ ਜਾਦਾ ਸਾਂ ਗੱਲ ਆਈਏ ਅਤੇ ਉਸਤਾਦ ਸਈਦ ਅਹਿਮਦ ਰਾਸ਼ਿਦ ਸਾਹਿਬ ਮਰਹੂਮ ਕੋ ਯਾਦ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੁਲ ਸ਼ਿਖਾਰੀ ਦੇ ਨਾਲ ਉਹਨਾਂ ਦਾ ਤਾਲੁਕ ਹੈ ਸ਼ੀਸ਼ਾ ਸਜਾਣਾ ਕੋਈ ਕੱਚੀ ਦੀਵਾਰ 'ਤੇ ਧੱਬਾ ਬਤਾਂ ਲੱਗੀ ਕੋਈ ਆਲਾ ਮਿਆਰ 'ਤੇ ਹਸਤੀ ਦੀ ਜ਼ਈਫ ਖੱਟ 'ਤੇ ਝਲ ਝਲ ਕੇ ਪੇਰ ਰੱਖ ਹੁੰਦਾ ਨਹੀਂ ਕੋਈ ਭਰੋਸਾ ਬੁੱਧੀ ਨਿਵਾਰ 'ਤੇ ਆਖਿਆ ਹੈ ਕੱਲ੍ਹ ਸੁਨਾਰੇ ਬਹੁ ਦੇਰ ਤੱਕ ਨਹੀਂ ਸਕਦਾ ਸੋਨੇ ਦਾ ਪੀਲਾ ਪਾਣੀ ਚਾਂਦੀ ਦੇ ਹਾਰ ਤੇ ਔਰ ਇੱਕ ਹਾਰ ਪਾਉਣ ਵਾਲਾ ਹੁੰਦੇ ਜੀਤ ਤੇ ਵੀ ਹੁੰਦੇ ਹਾਰ ਜੀਤ ਤੇ ਹਾਰ ਕੋਲ ਗੁਲਾਮ ਮੈਂ ਗਾਲ ਉੱਤੇ ਟੁਰੇ ਸਨ ਲੇਕਿਨ ਕੀ ਵੇਲੇ ਗੁਲਜ਼ਾਰ ਖਾਂ ਵੱਧ ਮੈਂ ਫਿਰ ਕੋ ਅਗੋਈ ਟੋਰ ਬਖਸ਼ੇ ਸਨ ਤੁਹਾਡੇ ਭਰਪੂਰ ਤਾਂ ਵਾਹ ਵਾਹ
ਕਰਨ ਲੱਗਾ।